ਜੇ ਫੇਰ ਦੀ ਪਰਚੀ ਤੂੰ ਆਪਣੇ ਹੱਥ ਚ ਫੜਨੀ ਸੀ ਮਾਂ ਤੇ ਫਿਰ ਪੁੱਤਰ ਦਾ ਨਾਂ ਬਹਾਦਰੀ ਨਹੀਂ ਸੀ ਰੱਖਣਾ। ਅੱਜ ਮੈਂ ਥਾਣੇ ਦੀ ਕੰਤੇ ਰਸਵਾਗ ਦੇ ਕਾਸਲਾਂ ਦੇ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਜਿਹੜੀ ਫਿਲਮ ਮੈਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਦਾਦਾ ਪੋਤਾ। 25 ਅਗਸਤ 1979 ਬਰੋਜ਼ ਹਫ਼ਤਾ ਈਦ ਉਲ ਅਜ਼ਹਾ ਦੇ ਦਿਨ ਰਿਲੀਜ਼ ਹੋਣ ਵਾਲੀ ਫਿਲਮ ਦਾਦਾ ਤੇ ਪੋਤਾ। ਇਹ ਇੱਕ ਬਲੈਕ ਐਂਡ ਵਾਈਟ ਫਿਲਮ ਸੀ ਤੇ ਇਸ ਫਿਲਮ ਨੂੰ ਪੰਜਾਬੀ ਜ਼ਬਾਨ ਵਿੱਚ ਬਣਾਇਆ ਗਿਆ ਸੀ ਤੇ ਇਸ ਫਿਲਮ ਦਾ ਮੌਜੂ ਵੀ ਐਕਸ਼ਨ ਤੇ ਲੜਾਈ ਮਾਰ ਕੁਟਾਈ ਹੈ। ਇਸ ਫਿਲਮ ਦੇ ਅੰਦਰ ਜਿਹੜੀ ਕਹਾਣੀ ਹੈ ਉਹ ਕਿਵੇਂ ਪਾਕਿਸਤਾਨ ਯਾਨੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ, ਜਿਸ ਵਕਤ ਇਸ ਮੁਲਕ ਤੇ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਸੀ। ਅਦਾਕਾਰ ਸੁਲਤਾਨ ਰਾਈ, ਆਸੀਆ, ਇਕਬਾਲ ਹਸਨ, ਮਸਰ ਸ਼ਾਹੀਨ, ਕਾਨੂੰਨ ਨਹੀਂ ਆ ਸਕਦਾ, ਅਦੀਬ ਬਹਾਦਰ ਵੀ ਆਇਆ ਤੇ ਬਹਾਰ ਬੇਗਮ। ਬਹਾਦਰੀ ਸੁਲਤਾਨ ਰਾਈ ਤੇ ਬਾਲਾ ਇਕਬਾਲ ਹਸਨ ਦੋਨੋਂ ਦੋਸਤ ਹੁੰਦੇ ਨੇ। ਔਰ ਦੋਨੋਂ ਅੰਗਰੇਜ਼ਾਂ ਦੇ ਖਿਲਾਫ ਮਿਲ ਕੇ ਲੜਦੇ ਨੇ। ਬਹਾਰ ਬੇਗਮ ਨੇ ਅਸਲੀ ਮਾਮੂਲ ਇਸ ਫਿਲਮ ਵਿੱਚ ਸੁਲਤਾਨ ਰਾਏ ਦੀ ਵਾਲਦਾ ਦਾ ਕਿਰਦਾਰ ਅਦਾ ਕੀਤਾ ਹੈ ਤੇ ਦਾਦੇ ਦਾ ਕਿਰਦਾਰ ਅਦਾਕਾਰ ਸਾਮਨ ਨੇ, ਤੇ ਪੋਤੇ ਦਾ ਕਿਰਦਾਰ ਅਦਾਕਾਰ ਸੁਲਤਾਨ ਰਾਈ ਨੇ ਅਦਾ ਕੀਤਾ ਹੈ। ਨਾਜ਼ਰੀਨ, ਇਹ ਆਪਣੇ ਦੌਰ ਦੀ ਬੜੀ ਹੀ ਲਾਜਵਾਬ ਔਰ ਬਿਹਤਰੀਨ ਫਿਲਮ ਹੈ। ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਨੇ ਮੁਲਾ ਜੱਟ ਸਟਾਈਲ ਵਿੱਚ ਐਕਟਿੰਗ ਕੀਤੀ ਹੈ ਔਰ ਤੁਹਾਨੂੰ ਇਹ ਫਿਲਮ ਯੂਟਿਊਬ 'ਤੇ ਨਹੀਂ ਮਿਲੇਗੀ। ਨਾਜ਼ਰੀਨ, ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਔਰ ਆਸੀਆ ਦੀ ਜੋੜੀ ਬਣਾਈ ਗਈ ਹੈ। ਇਕਬਾਲ ਹਸਨ ਤੇ ਮਸਰ ਸ਼ਾਹੀਨ ਦੀ ਜੋੜੀ ਬਣਾਈ ਗਈ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਤੁਹਾਡੀ ਬੜੀ ਮਿਹਰਬਾਨੀ।